IPL ਦੇ ਵਿੱਚ ਜਿਵੇਂ ਹੁੰਦਾ ਨਾ ਵੀ ਜਦੋਂ ਕੋਈ ਸ਼ਾਟ ਮਾਰਦਾ ਬੈਟਸਮੈਨ ਤੇ ਇੱਕ ਚੀਅਰ ਲੀਡਰਸ ਹੁੰਦੇ ਆ ਜਿਹੜੇ ਉੱਠ ਕੇ ਡਾਂਸ ਕਰਨ ਲੱਗ ਜਾਂਦੇ ਨੇ, ਲੋਕ ਸਾਰੇ ਉਹਨਾਂ ਨੂੰ ਦੇਖ ਕੇ ਤਾੜੀਆਂ ਮਾਰਦੇ ਨੇ। ਸੋ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੱਧੂ, ਬੈਂਸ ਬ੍ਰਦਰਸ, ਜਿਹੜੇ ਸੁਖਪਾਲ ਖਹਿਰਾ ਜੀ, ਇਹ ਕੁਛ ਲੀਡਰ ਇਹੋ ਜਿਹੇ ਨੇ ਜਿਹੜੇ ਚੀਅਰ ਲੀਡਰਸ ਨੇ। ਬੀਜੇਪੀ ਦਾ ਮਤਲਬ ਜਿਵੇਂ ਕਹਿੰਦੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ, ਪਰ ਇਹ ਦਬਾਅ ਨਹੀਂ ਪਾਉਣਾ ਹੁੰਦਾ, ਨਾ ਕਾਂਗਰਸ ਨੇ ਇਹ ਦਬਾਉਣ ਦੀ ਇਜਾਜ਼ਤ ਦੇਣੀ। ਤੇ ਸਿੱਧੂ ਸਾਹਿਬ ਉਹਨਾਂ ਦੀ ਪ੍ਰੋਬਲਮ ਹੀ ਇਹ ਹੈ ਬਈ ਵਕਤ ਤੇ ਨਜ਼ਾਕਤ ਨਹੀਂ ਦੇਖਦੇ, ਆਪਣੀ ਦੁਨੀਆਂ ਦੇ ਵਿੱਚ ਜੀਂਦੇ ਨੇ। ਤੇ ਜਦੋਂ ਕਿ ਪੋਲੀਟੀਕਲ ਬੰਦਾ ਆਪਦੀ ਦੁਨੀਆਂ ਦੇ ਵਿੱਚ ਨਹੀਂ ਜੀ ਸਕਦਾ, ਪੋਲੀਟੀਕਲ ਬੰਦੇ ਨੂੰ ਲੋਕਾਂ ਦੀ ਦੁਨੀਆਂ ਦੇ ਵਿੱਚ ਜੀਣਾ ਪੈਂਦਾ। ਸਾਡੀ ਲੀਡਰਸ਼ਿਪ ਨੇ ਤਾਂ ਇੱਕ ਭਾਣਾ ਮੰਨ ਲਿਆ ਵੀ ਚਾਹੇ ਸਾਨੂੰ ਸਰਕਾਰ ਦੀ ਕੁਰਬਾਨੀ ਦੇਣੀ ਪੈ ਜੇ ਅਸੀਂ ਦੇਵਾਂਗੇ, ਪਰ ਅਸੀਂ ਕਿਸਾਨਾਂ ਨੂੰ ਪਿੱਠ ਨਹੀਂ ਦਿਖਾਵਾਂਗੇ। ਅਸੀਂ ਪੰਜਾਬ ਤੇ ਪੰਜਾਬੀਅਤ ਨਾਲ ਖੜੇ ਹਾਂ, ਪੰਜਾਬ ਦੇ ਕਿਸਾਨਾਂ ਲਈ ਜੇ ਸਰਕਾਰ ਵੀ ਛੱਡਣੀ ਪਈ ਤੇ ਛੱਡਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਉਦੇ। ਤੇ ਅੱਜ ਸਾਡੇ ਨਾਲ ਨੇ ਈਸ਼ਵਰਜੋਤ ਸਿੰਘ ਚੀਮਾ ਜੀ, ਚੇਅਰਮੈਨ ਇਕਨੋਮਿਕਸ ਅਤੇ ਪੋਲੀਟੀਕਲ ਪਲਾਨਿੰਗ ਸੈੱਲ ਪੰਜਾਬ ਕਾਂਗਰਸ ਤੋਂ। ਸਵਾਗਤ ਹੈ ਜੀ ਚੀਮਾ ਸਾਹਿਬ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਚੀਮਾ ਸਾਹਿਬ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ, ਤੁਸੀਂ ਦੱਸੋ। ਚੀਮਾ ਸਾਹਿਬ, ਕਾਂਗਰਸ ਨੂੰ ਲੈ ਕੇ ਕਾਫੀ ਕੁਛ ਉਥਲ ਪੁਥਲ ਜਿਹੜੀ ਚੱਲ ਰਹੀ ਹੈ, ਅੱਜ ਦੇ ਜਿਹੜੇ ਸਵਾਲ ਆਪਾਂ ਉਹਦੇ ਉੱਪਰ ਕਰਾਂਗੇ। ਤੇ ਆਪਾਂ ਅੱਜ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਬੈਠੇ ਹਾਂ। ਸਭ ਤੋਂ ਪਹਿਲਾਂ ਸਿੱਧੂ ਸਾਹਿਬ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ। ਨਵਜੋਤ ਸਿੱਧੂ ਜੀ ਨੂੰ ਅਕਸਰ ਜਿਹੜਾ ਦੇਖਿਆ ਜਾਂਦਾ ਕਿ ਨਾਰਾਜ਼ਗੀ ਵਾਲਾ ਉਹਨਾਂ ਦਾ ਮੂਡ ਹੈ, ਨਾਰਾਜ਼ ਹੋ ਕੇ ਚਲੇ ਜਾਂਦੇ ਨੇ, ਉਹਦੇ ਉੱਪਰ ਕੀ ਕਹਿਣਾ ਤੁਹਾਡਾ? ਦੇਖੋ, ਮੂਡ ਦੀ ਗੱਲ ਨਹੀਂ, ਗੱਲ ਹੁੰਦੀ ਹੈ ਵੀ ਪੰਜਾਬ ਦਾ ਮੁੱਦਾ ਕੀ ਸੀ। ਮੁੱਦਾ ਸੀ ਕਿਸਾਨੀ ਦਾ। ਸਭ ਤੋਂ ਵੱਡੇ ਕਾਂਗਰਸ ਦੇ ਲੀਡਰ ਕਿਸਾਨਾਂ ਨਾਲ ਹਾਂ ਦਾ ਨਾਰਾ ਮਾਰਨ ਆਏ ਰਾਹੁਲ ਗਾਂਧੀ ਜੀ, ਤੇ ਸਟੇਜ ਤੇ ਜਿੱਦਾਂ ਦਾ ਵਿਹਾਰ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਉਹਨਾਂ ਵੱਲੋਂ, ਉਹਨੂੰ ਕੋਈ ਵੀ ਬੰਦਾ ਜਾਇਜ਼ ਨਹੀਂ ਠਹਿਰਾ ਸਕਦਾ। ਤੇ ਆਖਰਕਾਰ ਉਹਦਾ ਨਤੀਜਾ ਇਹ ਹੋਇਆ ਵੀ ਪ੍ਰੈਸ 'ਚ ਦੋ ਤਿੰਨ ਦਿਨ ਚੱਲਿਆ ਕਿ ਚੱਲਿਆ ਇਹ ਵੀ ਸਿੱਧੂ ਸਾਹਿਬ ਗੱਡੀ ਦੀ ਟਾਕੀ ਖੋਲ੍ਹ ਕੇ ਹਰੀਸ਼ ਰਾਵਤ ਜੀ ਲੈ ਕੇ ਆਏ ਨੇ, ਉਹ ਰੁੱਸ ਗਏ ਜੀ ਸਟੇਜ 'ਤੇ, ਬੋਲਣ ਦਿੱਤਾ ਜੀ ਕਦੀ ਗਧਾ ਕਦੀ ਘੋੜਾ। ਮਤਲਬ ਮੁੱਦੇ ਤੋਂ ਤਾਂ ਭਟਕ ਗਏ ਨਾ, ਮੁੱਦਾ ਸਿੱਧੂ ਨਹੀਂ ਸੀ, ਮੁੱਦਾ ਸੀ ਕਿਸਾਨੀ ਦਾ। ਤੇ ਕਿਸੇ ਨੂੰ ਵੀ ਇਹ ਹੱਕ ਨਹੀਂ ਹੈਗਾ ਵੀ ਜਦੋਂ ਪੰਜਾਬ ਦੇ ਵਿੱਚ ਐਡਾ ਵੱਡਾ ਕਿਸਾਨਾਂ ਦੇ ਉੱਤੇ ਸੰਕਟ ਆਇਆ ਤੇ ਆਪਾਂ ਨੂੰ ਆਪਦੀ ਸਿਆਸਤ ਤਾਂ ਸਾਰੀ ਜ਼ਿੰਦਗੀ ਹੁੰਦੀ ਰਹਿਣੀ ਹੈ। ਤੇ ਸਿੱਧੂ ਸਾਹਿਬ ਉਹਨਾਂ ਦੀ ਪ੍ਰੋਬਲਮ ਹੀ ਇਹ ਹੈ ਬਈ ਵਕਤ ਤੇ ਨਜ਼ਾਕਤ ਨਹੀਂ ਦੇਖਦੇ, ਆਪਣੀ ਦੁਨੀਆਂ ਦੇ ਵਿੱਚ ਜੀਂਦੇ ਨੇ। ਤੇ ਜਦੋਂ ਕਿ ਪੋਲੀਟੀਕਲ ਬੰਦਾ ਆਪਦੀ ਦੁਨੀਆਂ ਦੇ ਵਿੱਚ ਨਹੀਂ ਜੀ ਸਕਦਾ, ਪੋਲੀਟੀਕਲ ਬੰਦੇ ਨੂੰ ਲੋਕਾਂ ਦੀ ਦੁਨੀਆਂ ਦੇ ਵਿੱਚ ਜੀਣਾ ਪੈਂਦਾ। ਠੀਕ ਹੈ ਚੀਮਾ ਸਾਹਿਬ, ਚੀਮਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਜਿਹੜਾ ਨਾਰਾਜ਼ ਹੋਣਾ ਸੀਗਾ ਉਹਦੇ ਨਾਲ ਉਹਨਾਂ ਦੀ ਜਿਹੜੀ ਸਾਰ ਪਾਰਟੀ ਦੇ ਵਿੱਚ ਥੱਲੇ ਗਈ ਹੈ ਜਾਂ ਕਾਂਗਰਸ ਪਾਰਟੀ ਦੀ ਜਿਹੜੀ ਸਾਰ ਹੈ ਲੋਕਾਂ ਦੇ ਵਿੱਚ ਉਹ ਘਟੀ ਹੈ? ਦੇਖੋ, ਮਜ਼ਾਕ ਤਾਂ ਸਾਰਿਆਂ ਦਾ ਹੀ ਬਣਿਆ, ਮਜ਼ਾਕ ਤਾਂ ਸਿੱਧੂ ਸਾਹਿਬ ਨੇ, ਚਲੋ ਆਪਦਾ ਤਾਂ ਮੈਨੂੰ ਹੁਣ ਆਪ ਉਹਨਾਂ ਨੂੰ ਆਦਤ ਹੈ ਤਮਾਸ਼ੇ ਬਣਵਾਉਣ ਦੀ, ਪਰ ਪੋਲੀਟੀਕਲ ਬੰਦਿਆਂ ਤੋਂ ਸੀਰੀਅਸਨੈਸ ਦੀ ਉਮੀਦ ਕਰਦੇ ਨੇ। ਤੁਸੀਂ ਸਾਰੇ ਆਪਾਂ IPL ਦੇਖਦੇ ਹਾਂ, IPL ਦੇ ਵਿੱਚ ਜਿਵੇਂ ਹੁੰਦਾ ਨਾ ਵੀ ਜਦੋਂ ਕੋਈ ਸ਼ਾਟ ਮਾਰਦਾ ਬੈਟਸਮੈਨ ਤੇ ਇੱਕ ਚੀਅਰ ਲੀਡਰਸ ਹੁੰਦੇ ਆ ਜਿਹੜੇ ਉੱਠ ਕੇ ਡਾਂਸ ਕਰਨ ਲੱਗ ਜਾਂਦੇ ਨੇ, ਲੋਕ ਸਾਰੇ ਉਹਨਾਂ ਨੂੰ ਦੇਖ ਕੇ ਤਾੜੀਆਂ ਮਾਰਦੇ ਨੇ। ਸੋ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੱਧੂ, ਬੈਂਸ ਬ੍ਰਦਰਸ, ਜਿਹੜੇ ਸੁਖਪਾਲ ਖਹਿਰਾ ਜੀ, ਇਹ ਕੁਛ ਲੀਡਰ ਇਹੋ ਜਿਹੇ ਨੇ ਜਿਹੜੇ ਚੀਅਰ ਲੀਡਰਸ ਨੇ, ਜਿਨ੍ਹਾਂ ਨੇ ਹਰ ਮੁੱਦੇ ਦੇ ਉੱਤੇ ਆਪਣੀ ਸਿਆਸਤ, ਆਪਣੀ ਦੁਕਾਨਦਾਰੀ ਚਮਕਾਉਣ ਲਈ ਛਾਲ ਮਾਰ ਦੇਣੀ ਹੈ। ਇਹ ਨਹੀਂ ਦੇਖਣਾ ਵੀ ਇਹਦੇ ਨਾਲ ਇਹ ਕੁਛ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਪਰ ਹਰ ਮੁੱਦੇ 'ਤੇ ਇਹ ਸਾਰਿਆਂ ਤੋਂ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ ਅਤੇ ਆਪਣੇ ਆਪ ਨੂੰ ਘਰੋਂ ਰੋਜ਼ ਮੁੱਖ ਮੰਤਰੀ ਬਣ ਕੇ ਹੀ ਨਿਕਲਦੇ ਨੇ। ਚੀਅਰ ਲੀਡਰ ਦਾ ਕੰਮ ਇਹ ਹੁੰਦਾ, ਅਸੀਂ ਦੇਖਦੇ ਹਾਂ ਅਕਸਰ ਕਿ ਮੈਚ ਦੇ ਵਿੱਚ ਜਦੋਂ ਚੌਕਾ ਜਾਂ ਛੱਕਾ ਲੱਗਦਾ ਤਾਂ ਉਸ ਟਾਈਮ ਉਹ ਜਿਹੜਾ ਕਰਦੇ ਨੇ, ਤੁਹਾਡਾ ਕਹਿਣ ਦਾ ਮਤਲਬ ਇਹੀ ਹੈ? ਇਹੀ ਹੈ ਜੀ। ਜੇ ਜੇ ਆਪਾਂ ਪੋਲੀਟੀਕਲੀ ਲਾਈਏ ਤੇ ਤੁਸੀਂ ਇਹਨਾਂ ਤੋਂ ਕਦੀ ਸੀਰੀਅਸਨੈਸ ਦੀ ਉਮੀਦ? ਅੱਜ ਤੁਸੀਂ ਵਿਧਾਨ ਸਭਾ 'ਚ ਦੇਖ ਲਓ ਕੀ ਹੋਇਆ ਬਈ, ਆਮ ਆਦਮੀ ਪਾਰਟੀ ਵੀ ਸਾਨੂੰ ਬਿੱਲ ਦੀ ਕਾਪੀ, ਹਜੇ ਵੀ ਤੁਸੀਂ ਹਾਲ ਦੇਖੋ, ਅਕਾਲੀ ਦਲ ਕਦੀ ਪਹਿਲੇ ਬਿੱਲ ਦੀ ਹੱਕ 'ਚ ਗਿਆ? ਜਦੋਂ ਲੋਕਾਂ ਦਾ ਰੋਹ ਦੇਖਿਆ
ਤੇ ਫਿਰ ਅਸਤੀਫੇ ਦੇ ਕੇ ਡਰਾਮਾ ਸ਼ੁਰੂ ਕਰ ਲਿਆ। ਬੀਜੇਪੀ ਹੈ ਜਿਹੜੀ ਅੱਜ ਵੀ ਇਹ ਗੱਲ ਤੇ ਜ਼ੋਰ ਦੇ ਰਹੀ ਹੈ ਵੀ ਲੋਕਾਂ ਨੂੰ ਇਹ ਸਮਝਾਇਆ ਜਾ ਸਕੇ ਵੀ ਬਿੱਲ ਕਿਸਾਨਾਂ ਦੇ ਹੱਕ 'ਚ ਹੈ। ਇਹ ਮੰਨਣ ਨੂੰ ਹੀ ਨਹੀਂ ਤਿਆਰ ਬੀਜੇਪੀ ਦੀ ਲੀਡਰਸ਼ਿਪ ਵੀ ਬਿੱਲ 'ਚ ਕੋਈ ਕਮੀ ਹੈ। ਤੇ ਗੱਲ ਤਾਂ ਕਰਾਂਗੇ ਨਾ ਜੇ ਉਹ ਪਹਿਲੇ ਸਮਝਣਗੇ ਵੀ ਕੋਈ ਕਮੀ ਹੈ। ਤੁਸੀਂ ਆਪ ਦਾ ਦੇਖ ਲਓ ਵੀ ਆਪ ਵਾਲਿਆਂ ਨੇ ਉਹਨਾਂ ਦੀ ਜਦੋਂ ਸੰਘ ਤੱਕ ਸਾਰਿਆਂ ਨੇ ਤਾਨੇ ਮੀਣੇ ਮਾਰੇ ਤੇ ਇੱਕ ਕੇਜਰੀਵਾਲ ਸਾਹਿਬ ਨੇ ਇੱਕ ਬਿਆਨ ਜਿਹਾ ਉੱਥੇ ਮਾਈਕ ਫੜ ਕੇ ਦੇਤਾ। ਕੋਈ ਤੁਸੀਂ ਦੱਸੋ ਕੀ ਧਰਤੀ ਤੇ ਕੀ ਮਤਲਬ ਅੱਗੇ ਉਦਾਂ ਤਾਂ ਸਾਰਾ ਦਿਨ ਇੰਨਾ ਭਗਵੰਤ ਮਾਨ ਜੀ ਬੋਲਦੇ ਨੇ ਤੇ ਇਸ ਇਸ਼ੂ ਤੇ ਕਿਉਂ ਨਹੀਂ? ਹਾਲਾਂਕਿ ਕਿਸਾਨ ਦੇ ਪੁੱਤ ਨੇ, ਉਹਨਾਂ ਨੂੰ ਮੂਹਰੇ ਐਜ਼ ਕਿਸਾਨ ਤਾਂ ਘੱਟੋ ਘੱਟ ਲੜਾਈ ਲੜਨੀ ਚਾਹੀਦੀ ਸੀ, ਪਰ ਨਹੀਂ, ਹਰ ਪਾਰਟੀ ਇਹਦੇ ਵਿੱਚੋਂ ਆਪਣੀ ਦੁਕਾਨਦਾਰੀ ਚਲਾਉਣ ਨੂੰ ਫਿਰਦੇ ਨੇ ਤੇ ਕਾਂਗਰਸ ਤੇ ਇਲਜ਼ਾਮ ਲਾ ਰਹੇ ਨੇ। ਕਾਂਗਰਸ ਨੇ ਤਾਂ ਜੋ ਕਰਨਾ ਤੁਹਾਡੇ ਕੱਲ ਸਾਹਮਣੇ ਆ ਜਾਣਾ। ਅਸੀਂ ਤਾਂ ਇਸ ਗੱਲ ਨੂੰ, ਸਾਡੀ ਲੀਡਰਸ਼ਿਪ ਨੇ ਤਾਂ ਇੱਕ ਭਾਣਾ ਮੰਨ ਲਿਆ ਵੀ ਚਾਹੇ ਸਾਨੂੰ ਸਰਕਾਰ ਦੀ ਕੁਰਬਾਨੀ ਦੇਣੀ ਪੈ ਜੇ ਅਸੀਂ ਦੇਵਾਂਗੇ, ਪਰ ਅਸੀਂ ਕਿਸਾਨਾਂ ਨੂੰ ਪਿੱਠ ਨਹੀਂ ਦਿਖਾਵਾਂਗੇ। ਅਸੀਂ ਪੰਜਾਬ ਤੇ ਪੰਜਾਬੀਅਤ ਨਾਲ ਖੜੇ ਹਾਂ, ਪੰਜਾਬ ਦੇ ਕਿਸਾਨਾਂ ਲਈ। ਜੇ ਸਰਕਾਰ ਵੀ ਛੱਡਣੀ ਪਈ ਤੇ ਛੱਡਾਂਗੇ। ਤੁਸੀਂ ਨਵਜੋਤ ਸਿੰਘ ਸਿੱਧੂ ਦੀ ਇਸ ਟਾਈਮ ਕਾਂਗਰਸ ਦੇ ਵਿੱਚ ਕੀ ਜਗ੍ਹਾ ਦੇਖਦੇ ਹੋ? ਦੇਖੋ, ਮੈਂ ਤਾਂ ਦੇਖਣ ਵਾਲਾ ਬਹੁਤ ਛੋਟਾ ਵੀ ਉਹਨਾਂ ਦੀ ਜਗ੍ਹਾ ਮੈਂ ਦੇਖ ਸਕਾਂ। ਮੇਰੇ ਨਾਲੋਂ ਕੱਦ 'ਚ ਬਹੁਤ, ਪੋਲੀਟੀਕਲੀ ਬਹੁਤ ਵੱਡੇ ਨੇ ਉਹ, ਪਰ ਹਾਂ ਮੈਂ ਇੰਨਾ ਕੁ ਜ਼ਰੂਰ ਸਮਝਦਾ ਕਿਉਂਕਿ ਇੰਨੇ ਸਾਲ ਹੋ ਗਏ ਸਾਨੂੰ, ਅਸੀਂ ਉਹਨਾਂ ਵਾਂਗਣ ਸਾਰੀਆਂ ਪਾਰਟੀਆਂ ਤਾਂ ਨਹੀਂ ਦੇਖੀਆਂ। ਅਸੀਂ ਤਾਂ ਭਾਈ ਜਦੋਂ ਦੇ ਜੰਮਿਆ ਕਾਂਗਰਸ 'ਚ ਕੰਮ ਕਰ ਰਹੇ ਹਾਂ ਅਤੇ ਕਾਂਗਰਸ ਦੀ ਰਾਜਨੀਤੀ ਨੂੰ ਸਮਝਦੇ ਹਾਂ। ਉਹਨਾਂ ਦੀ ਸਥਾਨ ਉਹਨਾਂ ਦੇ ਆਪ ਦੇ ਹੱਥ 'ਚ ਹੈ। ਅਗਰ ਤਾਂ ਡਿਸਿਪਲਿਨ 'ਚ ਰਹਿਣਗੇ, ਵਕਤ ਦੀ ਨਜ਼ਾਕਤ ਨੂੰ ਸਮਝ ਕੇ ਚੱਲਣਗੇ ਤਾਂ ਬੜਾ ਚੰਗਾ ਭਵਿੱਖ ਹੋਊਗਾ। ਪਰ ਜਿੱਦਾਂ ਦੀ ਉਹ ਕਰ ਰਹੇ ਨੇ, ਜੇ ਕ੍ਰਿਕਟ ਦਾ ਬੈਟ ਲੈ ਕੇ ਐ ਸਟੇਜ 'ਤੇ, ਉਹੀ ਸ਼ੇਅਰ ਰਾਹੁਲ ਜੀ ਲਈ ਪੜ੍ਹ ਲਏ, ਉਹੀ ਸ਼ੇਅਰ ਮੋਦੀ ਸਾਹਿਬ ਲਈ ਪੜ੍ਹ ਲਏ, ਉਹੀ ਸ਼ੇਅਰ ਸੋਨੀਆ ਜੀ ਲਈ ਪੜ੍ਹ ਲਏ, ਉਹੀ ਡਾਕਟਰ ਮਨਮੋਹਨ ਸਿੰਘ ਲਈ ਪੜ੍ਹ ਲਏ, ਫਿਰ ਇਹੋ ਜਿਹੀਆਂ ਨਾਟਕ ਨੌਟੰਕੀਆਂ ਤਾਂ ਭਾਈ ਲੋਕ ਜ਼ਿਆਦਾ ਦੇਰ ਚੱਲਦੇ ਨਹੀਂ। ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਨਾ ਵਜ਼ੀਰ ਬਣ ਕੇ। ਉਹ ਕਿੰਨਾ ਸਮਾਂ ਵਜ਼ੀਰ ਰਹੇ ਨੇ? 2 ਸਾਲ ਤੋਂ ਉੱਤੇ ਸਮਾਂ ਵਜ਼ੀਰ ਰਹੇ ਨੇ। ਕਿਹੜੀ ਕਾਰਗੁਜ਼ਾਰੀ ਦੱਖਣ ਵੀ ਕੋਈ ਵਿਲੱਖਣ ਕੋਈ ਅੱਡ ਚੀਜ਼ ਕਰਕੇ ਦਿਖਾਤੀ ਹੋਈ ਉਹਨਾਂ ਨੇ? ਜਾਂ ਜਦੋਂ ਦਾ ਮਤਲਬ ਵਜ਼ੀਰੀ ਛੱਡੀ ਹੈ, ਉਸ ਤੋਂ ਬਾਅਦ ਅਗਿਆਤਵਾਸ 'ਚੋਂ ਨਹੀਂ ਨਿਕਲੇ। ਸੋ ਇਹਦਾ ਮਤਲਬ ਲੋਕ ਵੀ ਦੇਖਦੇ ਨੇ ਵੀ ਉਹਨਾਂ ਆਪ ਦੇ ਨਿੱਜੀ ਲੜਾਈ ਲੜਦੇ ਨੇ, ਕੋਈ ਐਵੇਂ ਮਤਲਬ ਪੰਜਾਬ ਦਾ ਮੋਢਾ ਵਰਤਣ ਉਹ ਨਹੀਂ। ਪਰ ਯੋਗਰਾਜ ਜੀ ਦਾ ਇੱਕ ਬਿਆਨ ਆਇਆ ਕਿ ਪੰਜਾਬ ਨੂੰ ਇਹੋ ਜਿਹਾ ਇੱਕ ਜੁਝਾਰੂ ਲੀਡਰ ਦੀ ਲੋੜ ਹੈ, ਨਵਜੋਤ ਸਿੰਘ ਸਿੱਧੂ ਵਰਗੇ ਜੁਝਾਰੂ ਲੀਡਰ ਦੀ ਲੋੜ ਹੈ, ਅਤੇ ਮੈਂ ਖੁਦ ਉਹਨਾਂ ਦੇ ਨਾਲ ਮੋਢਾ ਨਾਲ ਲਗਾ ਕੇ ਚੱਲਣ ਨੂੰ ਤਿਆਰ ਹਾਂ। ਇਹਦੇ ਉੱਪਰ ਤੁਸੀਂ ਕੀ ਕਹੋਗੇ? ਦੇਖੋ, ਮੈਨੂੰ ਨਹੀਂ ਪਤਾ ਹੁਣ ਯੋਗਰਾਜ ਜੀ ਕਿੰਨਾ ਸਿੱਧੂ ਨੂੰ ਜਾਣਦੇ ਨੇ, ਜਦੋਂ ਦੂਰੋਂ ਢੋਲ ਸਾਹਮਣੇ ਵਾਲੀ ਗੱਲ ਹੈ। ਜਿਹੜੇ ਬੰਦੇ ਨੇ ਸਿੱਧੂ ਨਾਲ ਕੰਮ ਕੀਤਾ ਜਾਂ ਜਿਹਨੇ ਸਿੱਧੂ ਦੀ ਵਰਕਿੰਗ ਨੇੜਿਓਂ ਦੇਖੀ ਹੈ, ਪਹਿਲੇ ਸਿੱਧੂ ਨੂੰ ਵੀ ਪੁੱਛ ਲਓ ਵੀ ਉਹ ਯੋਗਰਾਜ ਨਾਲ ਚੱਲਣ ਨੂੰ ਤਿਆਰ ਹੈਗੇ ਕਿ ਨਹੀਂ ਹੈਗੇ। ਯੋਗਰਾਜ ਜੀ ਐਵੇਂ ਮਤਲਬ ਉਹ ਵਿਚਾਰੇ ਫਲੋ ਦੇ ਵਿੱਚ ਕਈ ਵਾਰੀ ਬੰਦਾ ਬਿਆਨ ਦੇ ਜਾਂਦਾ ਹੈ, ਪਰ ਪਹਿਲੇ ਇਹ ਵੀ ਦੇਖ ਲੈਣ ਵੀ ਉਹ ਤਾਂ ਸਿੱਧੂ ਨਾਲ ਹੈਗੇ ਹੈ, ਪਰ ਸਿੱਧੂ ਸਾਹਿਬ ਨੂੰ ਟੀਮ ਨਾਲ ਖੇਡਣਾ ਹੀ ਨਹੀਂ ਆਉਂਦਾ, ਉਹ ਤਾਂ ਇਕੱਲੇ ਖੇਡਣਾ ਗਿੱਝੇ ਹੋਏ ਨੇ। ਹੁਣ ਇਕੱਲੇ ਤਾਂ ਸਿਆਸਤ ਹੋਣੀ ਨਹੀਂ, ਹੁਣ ਇੱਥੇ ਤਾਂ ਆ ਕੇ ਗੱਲ ਫਸ ਜਾਣੀ ਹੈ ਫਿਰ। ਠੀਕ ਹੈ ਜੀ, ਕਿਸਾਨਾਂ ਦੇ ਮੁੱਦੇ ਦੇ ਉੱਪਰ ਖੇਤੀ ਸੁਧਾਰ ਬਿੱਲਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਦੇਖੋ, ਖੇਤੀ ਸੁਧਾਰ ਬਿੱਲ ਬਿਲਕੁਲ ਇੱਕ ਕਿਸਮ ਦਾ ਡੈਥ ਵਾਰੰਟ ਨੇ। ਸਾਲ 2 ਸਾਲ ਹੋ ਸਕਦਾ ਤੁਹਾਨੂੰ ਜਿਹੜੇ ਇੰਡਸਟਰੀਅਲਿਸਟ ਨੇ ਜਾਂ ਪੂੰਜੀਪਤੀ ਨੇ ਉਹ ਚੰਗਾ ਰੇਟ ਦੇ ਦੇਣ। ਫੋਰ ਦ ਟਾਈਮਿੰਗ ਇਹ ਲੱਗ ਵੀ ਸਕਦਾ ਕਿਸਾਨਾਂ ਨੂੰ ਵੀ ਇਹ ਚੰਗਾ ਹੈ ਸਾਡੇ ਲਈ, ਪਰ ਆਖਰਕਾਰ MSP ਇੱਕ ਸ਼ੋਪੀਸ ਬਣ ਕੇ ਰਹਿ ਜੂ, ਇਹ ਸੱਚਾਈ ਹੈ। MSP ਤੋਂ ਬਿਨਾਂ ਪੰਜਾਬ ਦੀ ਖੇਤੀ ਦਾ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੈ। ਜਾਂ ਤਾਂ ਡਾਇਵਰਸੀਫਿਕੇਸ਼ਨ ਸਰਕਾਰ ਦੇਵੇ ਜਾਂ ਇਨਸ਼ੋਰ ਕਰੇ ਵੀ ਜਿਹੜੀ MSP ਆ ਉਹ ਮਿਲੂਗੀ। ਸੋ ਇਸ ਕਰਕੇ ਕਿਸਾਨ ਨੂੰ ਵੱਡੇ ਘਰਾਣਿਆਂ ਦੇ ਤੁਸੀਂ ਰਹਿਮੋ ਕਰਮ 'ਤੇ ਨਹੀਂ ਛੱਡ ਸਕਦੇ। ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਇਹ ਸਰਕਾਰ ਆਪਣੇ ਘਾਟੇ ਬਚਾਉਂਦੇ ਬਚਾਉਂਦੇ ਕਿਸਾਨ ਨੂੰ ਪੰਜਾਬ ਮਤਲਬ ਜਿੰਨੇ ਹਿੰਦੁਸਤਾਨ ਦਾ ਢਿੱਡ ਭਰਿਆ ਪੰਜਾਬ ਦੇ ਕਿਸਾਨ ਨੇ, ਉਹਨੂੰ ਐ ਲਵਾਰਸ ਛੱਡਣਾ ਬਿਲਕੁਲ ਵੀ ਜਾਇਜ਼ ਨਹੀਂ। BJP ਪ੍ਰਧਾਨ ਅਸ਼ਵਨੀ ਕੁਮਾਰ ਦੇ ਉੱਪਰ ਹਮਲਾ ਹੁੰਦਾ ਔਰ ਬਿੱਟੂ ਜੀ ਵੱਲੋਂ ਕਿਹਾ ਜਾਂਦਾ ਕਿ ਹਮਲਾ ਮੇਰੇ ਵੱਲੋਂ ਕਰਵਾਇਆ ਗਿਆ, ਇਹ ਗੱਲ ਕਿੱਥੋਂ ਤੱਕ ਜਾਇਜ਼ ਹੈ? ਦੇਖੋ, ਸਮਝਣ ਵਾਲੀ ਗੱਲ ਹੈ
ਵੀ ਬਿੱਟੂ ਜੀ ਕੀ ਕਹਿਣਾ ਚਾਹ ਰਹੇ ਸੀ। ਇਹ ਤੁਸੀਂ ਕਈ ਵਾਰੀ ਅਲਫਾਜ਼ਾਂ 'ਚ ਮੈਸੇਜ ਨਹੀਂ ਹੁੰਦਾ, ਕਹਿਣ ਦਾ ਤੁਸੀਂ ਢੰਗ ਤਰੀਕਾ ਅਤੇ ਕਿਹੜੇ ਕੰਟੈਕਸਟ 'ਚ ਗੱਲ ਕਹਿੰਦੇ ਹੋ ਉਸ ਕੰਟੈਕਸਟ 'ਚ ਗੱਲ ਨੂੰ ਲੈਣਾ ਚਾਹੀਦਾ। ਬਿਲਕੁਲ, ਅਗਰ ਕਿਸਾਨਾਂ ਦੇ ਮੂਹਰੇ ਦੀ ਹੂਟਰ ਮਾਰ ਮਾਰ ਚੂੰ 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 ਕਰਦੇ ਲੰਘਣਗੇ, ਉਹਨਾਂ ਦਾ ਹੱਲ ਕਰੇ ਥਾਂ ਤੇ ਉਹਨਾਂ ਦੇ ਹਿੱਕ ਤੇ ਦੀਵਾ ਬਾਲਣਗੇ, ਤੇ ਮਤਲਬ ਇਹੋ ਜਿਹੀਆਂ ਘਟਨਾਵਾਂ ਹੋਰ ਹੋਣਗੀਆਂ। ਇਹ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਸਮਝਣਾ ਚਾਹੀਦਾ, ਆਹ ਟਾਈਮ ਕਿਸਾਨਾਂ ਦੇ ਉੱਤੇ ਪਰਚੇ ਕਰਾਉਣ ਦਾ ਜਾਂ ਹੋਰ ਨਹੀਂ ਹੈਗਾ, ਇਹ ਟਾਈਮ ਉਹਨਾਂ ਦੇ ਜ਼ਖਮਾਂ ਤੇ ਮਰਮ ਲਾਉਣ ਦਾ। ਤੇ ਜੋ ਕਿਸੇ ਨੇ ਯਾਰ ਗੱਡੀ ਦਾ ਸ਼ੀਸ਼ਾ, ਕੋਈ ਸ਼ਰਾਰਤੀ, ਕੋਈ ਹੋਰ ਕਿਸੇ ਹਾਲਾਤਾਂ 'ਚ ਕਿਵੇਂ ਭੰਨਿਆ ਗਿਆ, ਮਤਲਬ ਤੁਸੀਂ ਤੁਸੀਂ ਐਵੇਂ ਚੱਕ ਕੇ ਹੁਣ ਇਹ ਕਿਸੇ ਨੇ ਉਹ ਜਾਣ ਲੇਵੇ ਤਾਂ ਪਰਚਾ ਪੁਲਿਸ ਦੇ ਦੂਗੀ, ਫਿਰ ਇੱਕ ਨਵਾਂ ਤੁਸੀਂ ਕਿਸਾਨਾਂ ਦੇ ਮਤਲਬ ਜ਼ਖਮਾਂ ਤੇ ਮਰਮ ਲਾਉਣ ਲਈ ਜਿਹੜੇ ਸਾਰੇ ਟੱਬਰ ਲੈ ਕੇ ਕੋਈ ਲਾਈਨਾਂ ਤੇ ਬੈਠਾ, ਕੋਈ ਟੋਲ ਪਲਾਜ਼ਿਆਂ ਤੇ ਬੈਠੇ ਨੇ, ਤੁਸੀਂ ਆਪਾਂ ਉਹਨਾਂ ਦਾ ਹੱਲ ਕਰਨਾ ਕਿ ਉਹਨਾਂ ਨੂੰ ਹੋਰ ਮਾਰਨਾ? ਬੀਜੇਪੀ ਤਾਂ ਮਤਲਬ ਜਿਵੇਂ ਕਹਿੰਦੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ, ਪਰ ਇਹ ਦਬਾਅ ਨਹੀਂ ਪਾਉਣਾ ਉਹਨਾਂ, ਨਾ ਕਾਂਗਰਸ ਨੇ ਇਹ ਦਬਾਉਣ ਦੀ ਇਜਾਜ਼ਤ ਦੇਣੀ ਹੈ। ਰੁਜ਼ਗਾਰ ਨੂੰ ਲੈ ਕੇ ਜੋ ਪੰਜਾਬ ਦੇ ਵਿੱਚ ਸਥਿਤੀ ਹੈ ਉਹਦੇ ਉੱਪਰ ਕੀ ਸਪਸ਼ਟੀਕਰਨ ਦੇਣਾ ਚਾਹੁੰਦੇ ਹੋ? ਦੇਖੋ, ਰੁਜ਼ਗਾਰ ਦੇ ਉੱਤੇ ਦੋ ਬਹੁਤ ਚੰਗੇ ਫੈਸਲੇ ਮੈਂ ਸਮਝਦਾ ਵੀ ਜਿਹੜੇ ਸਰਕਾਰ ਨੇ ਲਏ ਨੇ, ਜਿਹੜੇ ਪਿਛਲੀ ਕੈਬਨਿਟ ਦੇ ਵਿੱਚ ਬਹੁਤ ਮਹੱਤਵਪੂਰਨ ਫੈਸਲੇ ਲਏ ਨੇ। ਇੱਕ ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਸੀਗਾ ਦਲਿਤ ਬੱਚਿਆਂ ਦੇ ਲਈ, ਉਹ ਸੈਂਟਰ ਗਵਰਨਮੈਂਟ ਤੋਂ ਪੈਸਾ ਨਹੀਂ ਸੀ ਆਉਂਦਾ, ਹਰ ਵਾਰ ਬੱਚੇ ਲਟਕਦੇ ਸੀ ਵਿੱਚ ਵਿਚਾਲੇ। ਤੋ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਲਿਆ ਵੀ ਅਸੀਂ ਜ਼ਿੰਮੇਵਾਰੀ ਚੱਕਦੇ ਹਾਂ ਵੀ ਅਸੀਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਨਾਂ 'ਤੇ ਦਲਿਤ ਬੱਚਿਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਹੈ। ਦੂਜਾ, ਜਿਹੜੀ 2.5 ਲੱਖ ਤੱਕ ਆਮਦਨ ਵਾਲਿਆਂ ਨੂੰ ਮਿਲਦੀ ਸੀ ਉਹ ਵਧਾ ਕੇ 4 ਲੱਖ ਤੱਕ ਕਰਤਾ। ਇਹ ਬਹੁਤ ਅੱਛਾ, ਇਹਦੇ ਨਾਲ ਮਤਲਬ ਬਹੁਤ ਅੱਛਾ ਮੈਸੇਜ ਜਾਊਗਾ ਅਤੇ ਬੱਚਿਆਂ ਦਾ ਭਵਿੱਖ ਸੇਫਗਾਰਡ ਹੋਊਗਾ। ਦੂਜਾ, ਜਿਹੜਾ ਸਾਰੀ ਜਿਹੜੀ ਗਵਰਨਮੈਂਟ ਜੋਬਸ ਹੈ ਉਹਨਾਂ ਦੇ ਵਿੱਚ 33% ਰਿਜ਼ਰਵੇਸ਼ਨ ਦਿੱਤਾ ਹੈ ਲੇਡੀਜ਼ ਨੂੰ, ਜਿੰਨੀਆਂ ਵੀ ਗਵਰਨਮੈਂਟ ਜੋਬਸ ਹੋਣਗੀਆਂ ਹਰ ਮਤਲਬ ਜੋਬਸ ਤਿੰਨਾਂ 'ਚੋਂ ਇੱਕ ਜੋਬ ਇੱਕ ਲੇਡੀ ਨੂੰ ਦਿੱਤੀ ਜਾਊਗੀ। ਇਹਦੇ ਨਾਲ ਜਿਹੜਾ ਆਪਾਂ ਕਹਿੰਦੇ ਹਾਂ ਵੀ ਇਕੁਐਲਿਟੀ ਲਿਆਉਣ ਦੀ ਗੱਲ, ਵੀ ਉਹ ਹੋਰ ਅੱਛਾ ਮੈਸੇਜ ਜਾਊਗਾ ਸਮਾਜ ਦੇ ਵਿੱਚ। ਚੀਮਾ ਸਾਹਿਬ, ਹਰੇਕ ਖੇਤਰ ਦੇ ਵਿੱਚ ਚਾਹੇ ਉਹ ਕਾਰਪੋਰੇਟ ਦੀ ਗੱਲ ਕਰੀਏ, ਚਾਹੇ ਉਹ ਆਪਾਂ ਗੌਰਮੈਂਟ ਸਰਵਿਸ ਦੀ ਗੱਲ ਕਰੀਏ, ਤੁਹਾਨੂੰ ਨਹੀਂ ਲੱਗਦਾ ਕਿ ਲੇਡੀਜ਼ ਨੂੰ ਤਾਂ ਆਲਰੇਡੀ ਜਿਹੜੀਆਂ ਜੋਬ ਆਫਰ ਜ਼ਿਆਦਾ ਹੁੰਦੀਆਂ, ਅਗਰ ਆਪਾਂ ਗੱਲ ਕਰੀਏ ਆਪਣੇ ਯੂਥ ਦੇ ਮੁੰਡਿਆਂ ਦੀ ਗੱਲ ਕਰੀਏ, ਇਹਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਨਹੀਂ ਗੱਲ, ਤੁਸੀਂ ਤੁਸੀਂ ਰਿਜ਼ਲਟ ਚੱਕੋ, ਤੁਸੀਂ ਰਿਜ਼ਲਟ ਦੇਖੋ। ਆਪਾਂ ਅੱਜ ਤੱਕ ਹਮੇਸ਼ਾ ਕੁੜੀਆਂ ਨੂੰ ਪੁਰਾਣੇ ਸਮਿਆਂ 'ਚ ਜਿਵੇਂ ਬਹੁਤ ਸਮਝਦੇ ਸੀ, ਅੱਜ ਦਾ ਯੁੱਗ ਦੇਖੋ, ਯੁੱਗ ਬਦਲ ਗਿਆ। ਤੁਸੀਂ ਰਿਜ਼ਲਟ ਦੇਖੋ, 10ਵੀਂ ਦਾ ਦੇਖੋ, 12ਵੀਂ ਦਾ ਦੇਖੋ, BA ਦਾ ਦੇਖੋ, ਪੋਸਟ ਗ੍ਰੈਜੂਏਸ਼ਨ ਦੇ ਦੇਖੋ, ਮੈਡੀਕਲ 'ਤੇ ਦੇਖੋ ਰਿਜ਼ਲਟ, IAS। ਜੇ ਮਤਲਬ ਪਹਿਲੇ 10ਾਂ ਦੇ ਵਿੱਚੋਂ ਤੁਹਾਨੂੰ ਇਹ ਦੇਖੋ ਕਿਤੇ 8 ਕੁੜੀਆਂ ਨੇ, 9 ਕੁੜੀਆਂ ਨੇ, ਤੇ ਫਿਰ ਕਿਉਂ ਨਾ ਉਹਨਾਂ ਨੂੰ ਉਹਨਾਂ ਦਾ ਹੱਕ ਮਿਲੇ ਜੀ, ਕਿਉਂ? ਤੇ ਕਈ ਥਾਵਾਂ ਦੇ ਉੱਤੇ ਆਪਾਂ ਡਿਸਕਰੇਜ ਕਰਦੇ ਨੇ ਕਈ ਵਾਰੀ ਵੀ ਕੁੜੀਆਂ ਨੂੰ ਜੋਬਸ ਦੀ ਓਪਰਚੁਨਿਟੀ, ਕਿਉਂਕਿ ਕਈ ਵਾਰੀ ਐਂ ਹੁੰਦਾ ਵੀ ਬਾਹਰ ਜਾਣਗੀਆਂ, ਟ੍ਰਾਂਸਫਰੇਬਲ ਜੋਬ 'ਤੇ ਨਾ ਜਾਣ, ਕਿਤੇ ਹੋਰ ਜ਼ਿਲ੍ਹੇ 'ਚ ਬਦਲੀ ਹੋਜੂਗੀ, ਗਵਰਨਮੈਂਟ ਜੋਬਸ 'ਤੇ ਜਾਣਗੀਆਂ, ਤੇ ਕਿਉਂ ਨਹੀਂ ਆਪਣੇ ਆਪਣੇ ਮਤਲਬ ਬਾਹਰਲੇ ਮੁਲਕਾਂ 'ਚ ਵੀ ਸਾਰੇ ਕੰਮ ਕਰਦੇ? ਅੱਜ ਦੁਨੀਆ ਬਦਲ ਰਹੀ ਹੈ, ਜੇ ਦੁਨੀਆ ਦੇ ਨਾਲ ਆਪਾਂ ਨਹੀਂ ਬਦਲਾਂਗੇ ਤਾਂ ਆਪਾਂ ਪਿੱਛੇ ਰਹਿ ਜਾਂਗੇ। ਠੀਕ ਹੈ ਚੀਮਾ ਸਾਹਿਬ, ਚੀਮਾ ਸਾਹਿਬ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਹੋਰ ਕੁਛ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਇੱਕ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ, ਬਈ ਇੱਕ ਨਾ ਫੈਸ਼ਨ ਚੱਲ ਪਿਆ ਵੀ ਪੋਲੀਟੀਕਲ ਬੰਦਿਆਂ ਨੂੰ ਗਾਲਾਂ ਕੱਢੀ ਜਾਓ। ਠੀਕ ਹੈ, ਵਿੱਚ ਕੁਛ ਮਾੜੇ ਵੀ ਹੁੰਦੇ ਨੇ, ਇਹ ਮੈਂ ਉਸ ਗੱਲ ਤੋਂ ਬਿਲਕੁਲ ਨਹੀਂ ਭੱਜਦਾ, ਪਰ ਜਿਵੇਂ ਕਹਿੰਦੇ ਆ ਨਾ, ਜੇ ਘੋੜਾ ਹੈ ਤੇ ਘੋੜੇ ਦੇ ਵਿੱਚ ਵੀ ਕਈ ਕਿਸਮ ਦੇ ਘੋੜੇ ਹੁੰਦੇ ਨੇ, ਜੇ ਹਰ ਹਰ ਚੀਜ਼ ਦੇ ਵਿੱਚ ਚੰਗੇ ਬੁਰੇ ਇਨਸਾਨ ਹੁੰਦੇ ਨੇ, ਚੰਗੇ ਬੁਰੇ ਉੱਦਾਂ ਹੀ ਲੀਡਰਸ਼ਿਪ ਦੇ ਵਿੱਚ ਵੀ ਹੈਗੇ ਨੇ। ਸੋ ਤੁਹਾਨੂੰ ਦੇਖਣਾ ਚਾਹੀਦਾ, ਪਰਖਣਾ ਚਾਹੀਦਾ, ਤੇ ਲੀਡਰਸ਼ਿਪ ਤੇ ਭਰੋਸਾ ਵੀ ਰੱਖਣਾ ਚਾਹੀਦਾ। ਸਿਰਫ ਲੀਡਰਾਂ ਨੂੰ ਗਾਲਾਂ ਕੱਢਣਾ ਹੱਲ ਨਹੀਂ ਹੈ, ਹਰ ਚੀਜ਼ ਦਾ ਮੁਕੰਮਲ ਹੱਲ ਅੱਜ TV ਤੇ ਜਿਹੜਾ ਬਹਿੰਦਾ, ਜਿਹੜਾ ਉੱਠਦਾ, ਇੱਕ ਫੈਸ਼ਨ ਬਣ ਪਿਆ ਵੀ ਤੁਸੀਂ ਜਿੰਨੀ ਜ਼ੋਰ ਦੀ ਗਾਲਾਂ ਕੱਢੋਗੇ ਓਨਾ ਹੀ ਤੁਹਾਡਾ ਜ਼ਿਆਦਾ ਚੱਲੂਗਾ, ਸੋਸ਼ਲ ਮੀਡੀਆ 'ਤੇ ਗਾਲਾਂ ਕੱਢੀ ਜਾਓ। ਮੈਂ ਸਮਝਦਾ
ਵੀ ਕੰਸਟਰਕਟਿਵ ਪੋਲਿਟਿਕਸ ਵੱਲ ਜਾਣਾ ਚਾਹੀਦਾ, ਨੌਜਵਾਨਾਂ ਦੀ ਚੰਗੇ ਨੌਜਵਾਨਾਂ ਦੀ ਸਿਆਸਤ ਜ਼ਰੂਰਤ ਹੈ, ਅਤੇ ਇੱਕ ਚੰਗੀ ਵਿਚਾਰਧਾਰਾ ਨਾਲ, ਅਤੇ ਜਿਹੜਾ ਆਪਾਂ ਨੂੰ ਜਿਵੇਂ ਕਹਿੰਦਾ ਇਸ਼ੂ ਬੇਸਡ ਪੋਲਿਟਿਕਸ ਕਰਨੀ ਚਾਹੀਦੀ ਹੈ ਅਤੇ ਹੱਲ ਕੱਢਣਾ ਚਾਹੀਦਾ ਮੁਸ਼ਕਲਾਂ ਦਾ। ਸਿਰਫ ਮੁਸ਼ਕਲਾਂ ਨੂੰ ਡਿਫਾਈਨ ਤਾਂ ਹਰ ਬੰਦਾ ਇੱਕ ਇੱਕ ਸੜਕ 'ਤੇ ਬੈਠਾ ਬੰਦਾ ਵੀ ਕਰ ਦੂਗਾ ਵੀ ਆਹ ਮੁਸ਼ਕਲਾਂ ਨੇ, ਪਰ ਮੁਸ਼ਕਲਾਂ ਦਾ ਹੱਲ ਕੀ ਹੈ? ਹੱਲ ਕੱਢਣ ਲਈ ਚੰਗੇ ਨੌਜਵਾਨ ਅਤੇ ਸੁਚੱਜੀ ਲੀਡਰਸ਼ਿਪ ਦੀ ਲੋੜ ਹੈ ਅਤੇ ਆਪਾਂ ਨੂੰ ਉਹ ਬਣਾਉਣੀ ਚਾਹੀਦੀ ਹੈ। ਇਹਨਾਂ ਨੂੰ ਗਾਲਾਂ ਕੱਢਣ ਦੀ ਥਾਂ 'ਤੇ ਚੰਗੀ ਲੀਡਰਸ਼ਿਪ ਉਭਾਰਨੀ ਚਾਹੀਦੀ ਹੈ। ਕੀਮਾ ਸਾਹਿਬ ਪ੍ਰਾਈਮ ਉਹਦੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਏ ਸੀਗੇ ਜੀ ਈਸ਼ਵਰਜੋਤ ਸਿੰਘ ਚੀਮਾ ਜੀ, ਜਿਨ੍ਹਾਂ ਨਾਲ ਅੱਜ ਅਸੀਂ ਜੋ ਵੀ ਅੱਜ ਸਿਆਸੀ ਮੁੱਦੇ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਅਸੀਂ ਖੁੱਲ੍ਹ ਕੇ ਗੱਲਬਾਤ ਕੀਤੀ, ਔਰ ਚੀਮਾ ਸਾਹਿਬ ਨੇ ਵੀ ਬੇਬਾਕੀ ਦੇ ਨਾਲ ਉਹਦਾ ਜਵਾਬ ਦਿੱਤਾ। ਕੈਮਰਾਮੈਨ ਰਾਜਾ ਸ਼ਰਮਾ ਦੇ ਨਾਲ ਮੈਂ ਹਰਵਿੰਦਰ ਸਿੰਘ ਢਿੱਲੋਂ, ਤੁਸੀਂ ਦੇਖ ਰਹੋ ਪ੍ਰਾਈਮ ਉਹਦੇ। ਧੰਨਵਾਦ ਜੀ।